ਨੂੰ ਕਹਿਣਾ ਚਾਹੁੰਦੇ ਆ ਵੀ ਗਰਲਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨ, ਤੇ ਗਰਲਸ ਨੂੰ ਕਹਿਣਾ ਚਾਹੁੰਦੇ ਆ ਤੇ ਇਦਾਂ ਦੇ ਕੈਂਪ ਲਗਾਉਂਦੇ ਰਹਿਣ ਜੋ ਕਿ ਆਪਣਾ ਸੈਲਫ ਡਿਫੈਂਸ ਕਰ ਸਕਣ। ਚਮਨਵੀਰ ਲਹਿਰਾ ਗਾਗਾ। ਸਰ ਮੇਰਾ ਨਾਮ ਪਲਕ ਸਚਦੇਵਾ ਹੈ। ਕਿੱਥੇ ਤੋਂ? ਸਰ ਆਪਾਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਤੁਹਾਨੂੰ ਇਸ ਗੇਮ ਬਾਰੇ ਕਿਵੇਂ ਇੰਟਰਸਟ ਪੈਦਾ ਹੋਇਆ ਤੇ ਕੀ ਮਹਿਸੂਸ ਕਰ ਰਹੇ ਹੋ? ਸਰ ਇਸ ਗੇਮ ਬਾਰੇ ਸਾਨੂੰ ਇਤਨਾ ਇੰਟਰਸਟ ਪੈਦਾ ਹੋਇਆ ਜਦੋਂ ਆਪਾਂ ਦੇਖਿਆ ਗੁੱਫੂ ਵਿਸ਼ੂ ਇੱਕ ਨਵੀਂ ਗੇਮ ਆਈ ਹੈ, ਇੰਟਰਨੈਸ਼ਨਲ ਆ। ਸੋ ਸਾਡਾ ਜੀ ਕੀਤਾ ਕਿ ਕਰਨੀ ਚਾਹੀਦੀ ਗੇਮ, ਸਾਡਾ ਫਿਊਚਰ ਵਿੱਚ ਕੁਛ ਇੰਟਰਸਟ ਬਣੇਗਾ, ਵਧੀਆ ਮੌਕਾ ਮਿਲੇਗਾ। ਸੋ ਇਸ ਲਈ ਹੁਣ ਤੁਸੀਂ ਇਹ ਕੈਂਪ ਨੂੰ ਅਟੈਂਡ ਕਰਕੇ ਕੀ ਮਹਿਸੂਸ ਕਰ ਰਹੇ ਹੋ? ਸਰ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਸਾਨੂੰ ਇੱਦਾਂ ਲੱਗ ਰਿਹਾ ਜਿਵੇਂ ਆਪਾਂ ਬਹੁਤ ਕੁਝ ਚੀਜ਼ਾਂ ਸਿੱਖੀਆਂ ਇੱਥੋਂ, ਬਹੁਤ ਕੁਝ ਸਿਖਾਇਆ ਗਿਆ ਸਾਨੂੰ ਇੱਥੋਂ। ਹੋਰ ਬਸ। ਹਾਂਜੀ, ਮੇਰਾ ਨਾਮ ਹਰਜੀਤ ਸਿੰਘ ਆ ਜੀ। ਮੈਂ ਜਨਰਲ ਸੈਕਟਰੀ ਦਾ, ਕੁੰਫੂ ਵੁਸ਼ੂ ਐਸੋਸੀਏਸ਼ਨ ਇੰਡੀਆ ਦਾ। ਅੱਜ ਇੱਥੇ ਸਟੇਟ ਦਾ ਕੈਂਪ ਹੋ ਰਿਹਾ ਜੀ, ਜਿਹਦੇ ਵਿੱਚ ਘੱਟ ਤੋਂ ਘੱਟ 8 ਜ਼ਿਲ੍ਹਿਆਂ ਤੋਂ ਕੋਈ 150 ਕੁ ਬੱਚਾ ਪਾਰਟੀਸਪੇਟ ਕੀਤਾ। ਅੱਜ ਇਹਨਾਂ ਦੇ ਕੈਂਪ 'ਚ ਬੱਚਿਆਂ ਦਾ ਟੈਸਟ ਲਿੱਤਾ ਗਿਆ ਕਿ ਜਿਹੜੇ ਬੱਚੇ ਗਾਂਹ ਸਾਡੇ ਫੋਰਨ ਖੇਡਣ ਜਾ ਰਹੇ ਆ ਸਿੰਗਾਪੁਰ ਵਾਸਤੇ, ਉਹਨਾਂ ਵਾਸਤੇ ਇਹਨਾਂ ਦੀ ਮਤਲਬ ਵੀ ਅੱਜ ਪਰਫੋਰਮੈਂਸ ਵੇਖੀ ਗਈ ਆ। ਅਤੇ ਉਸ ਤੋਂ ਬਾਅਦ ਇਹ ਬੱਚੇ ਜਿਹੜੇ ਆ ਇੱਥੋਂ ਸਿਲੈਕਟ ਹੋਣਗੇ ਅਤੇ ਸਿੰਗਾਪੁਰ ਵਾਸਤੇ ਅਪ੍ਰੈਲ ਦੇ ਮਹੀਨੇ ਜਾਂ ਮਈ ਲਾਸਟ ਲੱਗ ਚੱਕੇ ਜਾਣਗੇ ਜੀ। ਹਾਂਜੀ, ਇਹ ਤੁਹਾਡੇ ਉਪਰਾਲੇ ਜੋ ਤੁਹਾਡੀ ਸੰਸਥਾ ਵੱਲੋਂ ਕੀਤੇ ਜਾ ਰਹੇ ਹੈ, ਹਾਂਜੀ, ਇਸ ਵਿੱਚ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਸਰਕਾਰ ਵੱਲੋਂ ਕੀ ਸਹਿਯੋਗ ਦੀ ਉਮੀਦ ਕਰਦੇ ਹੋ? ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਚੈਨਲਾਂ ਦਾ ਜਿਹੜੀ ਸਾਡੀ ਆਵਾਜ਼ ਇਹਨਾਂ ਤੱਕ ਪਹੁੰਚਾਉਂਦੇ ਆ। ਠੀਕ ਹੈ ਕਿ ਵੀ ਅਸੀਂ ਇਸ ਗੇਮ ਦੇ ਕਾਗਜ਼ ਅਗਰੇਡੇਸ਼ਨ ਵਾਸਤੇ ਮਤਲਬ ਵੀ ਦਿੱਲੀ ਸਪੋਰਟਸ ਮਿਨਿਸਟਰੀ ਨੂੰ ਲਾਏ ਹੋਏ ਆ ਅਤੇ ਸਾਡੀ ਆਵਾਜ਼ ਜੇ ਉਹਨਾਂ ਤੱਕ ਪਹੁੰਚੇ ਅਤੇ ਬਾਹਰ ਇਸ ਵਿੱਚ ਕੋਈ ਇੰਡੀਆ 'ਚ ਅਤੇ ਇੰਡੀਆ ਤੋਂ ਬਾਹਰੋਂ ਕੋਈ ਕਾਫੀ ਮਤਲਬ ਵੀ ਲਾ ਲਓ ਕਿ ਵੀ 10,000 15,000 ਤੋਂ ਵੱਧ ਸਟੂਡੈਂਟ ਜਿਹੜੇ 'ਚ ਹਿੱਸਾ ਲੈ ਰਹੇ ਖੇਡ ਰਹੇ ਆ ਅਤੇ ਉਹਨਾਂ ਦੇ ਭਵਿੱਖ ਵਾਸਤੇ ਜਿਹੜੀ ਆ ਗ੍ਰੈਜੂਏਸ਼ਨ ਛੇਤੀ